ਅੰਮ੍ਰਿਤਸਰ ਦੇ ਪਿੰਡ ਕਾਲੇ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਨਵਵਿਆਹਤਾ ਨੂੰ ਲੜਕਾ ਪੈਦਾ ਨਾ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਉਸਦੇ ਪਤੀ ਨੇ ਉਸਦੀ ਹੱਤਿਆ ਕਰ ਦਿੱਤੀ ਅਤੇ ਉਸਦੀ ਮੌਤ ਨੂੰ ਕੋਰੋਨਾ ਦਾ ਰੂਪ ਦੇ ਦਿੱਤਾ। ਇਸ ਲੜਕੀ ਦੇ ਪਤੀ ਨੇ ਇੱਕ ਅਜਿਹੀ ਸਾਜ਼ਿਸ਼ ਰਚੀ ਕਿ ਜਿਸ ਨਾਲ ਹਰ ਕੋਈ ਹੈਰਾਨ ਹੋ ਜਾਵੇਗਾ। ਦਰਅਸਲ ਕੁਲਵਿੰਦਰ ਕੌਰ ਲਵਲੀ ਨਾਮ ਦੀ ਲੜਕੀ ਦਾ ਰਜਿੰਦਰ ਨਾਮ ਦੇ ਲੜਕੇ ਨਾਲ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਲੜਕੀ ਨੇ ਜਨਮ ਲਿਆ, ਜਿਸ ਤੋਂ ਬਾਅਦ ਰਜਿੰਦਰ ਸਿੰਘ ਆਪਣੀ ਪਤਨੀ ਕੁਲਵਿੰਦਰ ਕੌਰ ਤੋਂ ਲੜਕੇ ਦੀ ਉਮੀਦ ਰੱਖਣ ਲੱਗਾ। ਰਜਿੰਦਰ ਸਿੰਘ ਨੂੰ ਲੜਕੇ ਦੀ ਇੰਨੀ ਲਾਲਸਾ ਸੀ ਕਿ ਉਸ ਨੇ ਆਪਣੀ ਪਤਨੀ ਦੇ ਅੰਦਰ ਪਲ ਰਹੇ ਦੋ ਵਾਰ ਲੜਕੀ ਦੇ ਭਰੂਣ ਦਾ ਗਰਭਪਾਤ ਕਰਵਾ ਦਿੱਤਾ, ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਬੱਚਾ ਪੈਦਾ ਕਰਨ ਦੀ ਆਸ ਛੱਡ ਦਿੱਤੀ। ਬੁਖਲਾਏ ਪਤੀ ਅਤੇ ਉਸਦੇ ਸਹੁਰਾ ਪਰਿਵਾਰ ਨੇ ਫਿਰ ਅਜਿਹੀ ਸਾਜ਼ਿਸ਼ ਰਚੀ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪੰਜਾਬ ਵਿੱਚ ਚੱਲ ਰਹੇ ਕਰਫਿਊ ਦੇ ਦੌਰਾਨ ਰਜਿੰਦਰ ਸਿੰਘ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਅਤੇ ਆਪਣੀ ਪਤਨੀ ਦੀ ਮੌਤ ਨੂੰ ਕੋਰੋਨਾ ਵਾਇਰਸ ਦਾ ਰੂਪ ਦੇ ਦਿੱਤਾ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਦਾ ਸੰਸਕਾਰ ਕਰਨ ਚੱਲ ਰਹੇ ਸਨ। ਜਿਸ ਦੇ ਬਾਅਦ ਉਸਦੇ ਪਿਤਾ ਨੂੰ ਇਸ ਗੱਲ ਦੀ ਭਣਕ ਲੱਗੀ ਤਾਂ ਉਸਨੇ ਆਪਣੀ ਧੀ ਦਾ ਪੋਸਟਮਾਰਟਮ ਕਰਵਾਉਣਾ ਚਾਹਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਭ ਦੇ ਹੋਸ਼ ਉੱਡ ਗਏ, ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਕੁਲਵਿੰਦਰ ਕੌਰ ਦਾ ਕਤਲ ਕੀਤਾ ਗਿਆ ਹੈ। ਇਹ ਮੇਰੀ ਸਿਸਟਰ ਕੁਲਵਿੰਦਰ ਕੌਰ ਲਵਲੀ ਜੀ, ਇਹ ਗੁਰਨਾਮ ਨਗਰ, ਨਿਊ ਗੁਰਨਾਮ ਨਗਰ 97 ਰੋਡ ਦੇ ਉੱਪਰ ਵਿਆਹੀ, ਤਜਿੰਦਰ ਸਿੰਘ ਦੇ ਨਾਲ ਵਿਆਹੀ ਹੋਈ ਜੀ, ਅਤੇ ਇਹਦੇ ਸਹੁਰੇ ਦਾ ਨਾਂ ਕੁਲਵੰਤ ਸਿੰਘ ਆ, ਸੱਸ ਕਸ਼ਮੀਰ ਕੌਰ ਇਹਦੀ, ਅਤੇ ਦੋ ਇਹਦੇ ਦਿਓਰ ਨੇ ਰਵਿੰਦਰ ਸਿੰਘ ਰਵੀ ਔਰ ਗੁਰਪ੍ਰੀਤ ਸਿੰਘ ਗੋਪੀ। ਔਰ ਇਹ ਮੇਰੀ ਸਿਸਟਰ ਨੂੰ ਨਾ ਜਦੋਂ ਮੇਰੀ ਮੈਰਿਜ 23/1/2011 ਦੀ ਹੋਈ, ਮੇਰੀ ਭੈਣ ਦੀ ਮੈਰਿਜ, ਆਫਟਰ ਕੋਈ ਸਾਲ ਕੁ ਬਾਅਦ ਹੀ ਇਹਨਾਂ ਲੋਕਾਂ ਨੇ ਉਹਨੂੰ ਨਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਪਰੇਸ਼ਾਨ ਕਰਨ ਦਾ ਕਾਰਨ ਇਹ ਸੀ ਕਿ ਉਹਦੇ ਘਰ ਜਿਹੜਾ ਬੱਚਾ ਵਾ ਉਹ ਦੇਰੀ ਨਾਲ ਪੈਦਾ ਹੋਇਆ, ਬੱਚਾ ਦੇਰ ਨਾਲ ਪੈਦਾ ਹੋਣ ਕਰਕੇ ਇਹ ਇਹਨਾਂ ਲੋਕਾਂ ਨੇ ਉਹਨੂੰ ਪਰੇਸ਼ਾਨ ਕਰਨਾ, ਤਾਨੇ ਮਿਹਣੇ ਮਾਰਨੇ, ਫਿਰ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਇਹਨਾਂ ਨੇ ਲੋਕਾਂ ਨੇ। ਅਤੇ ਫਿਰ ਅਸੀਂ ਉਹਦਾ ਇਸ ਦਰਮਿਆਨ ਮੈਂ ਉਹਦਾ ਆਪਣੀ ਭੈਣ ਦਾ ਕਾਫੀ ਇਲਾਜ ਕਰਵਾਇਆ ਜੀ, ਡਾਕਟਰੀ ਇਲਾਜ ਕਰਵਾਇਆ। ਉਹ ਡਾਕਟਰੀ ਇਲਾਜ ਦੌਰਾਨ ਚਲੋ ਉਹਦਾ ਪਰਮਾਤਮਾ ਨੇ ਕਿਰਪਾ ਕੀਤੀ, ਉਹਦੇ ਘਰ 5-6 ਸਾਲ ਬਾਅਦ ਉਹਦੇ ਘਰ ਬੇਟੀ ਨੇ ਜਨਮ ਲਿਆ, ਜਿਹੜੀ ਕਿ ਇਸ ਟਾਈਮ 4 ਸਾਲ ਦੀ ਉਮਰ ਉਸ ਬੱਚੀ ਦੀ। ਔਰ ਜਦ 4 ਸਾਲ ਦੀ ਬੱਚੀ, ਉਹ ਹੁਣ 4 ਸਾਲ ਦੀ ਆ, ਜਦੋਂ ਬੱਚੀ ਪੈਦਾ ਹੋਈ ਉਹਦੇ ਘਰ, ਤਾਂ ਇਹਨਾਂ ਲੋਕਾਂ ਨੇ ਇਸ ਚੀਜ਼ ਨੂੰ ਕਿਹਾ ਵੀ ਜੇ ਦੇਰੀ ਨਾਲ ਬੱਚਾ ਪੈਦਾ ਹੋਇਆ ਤਾਂ ਉਹ ਪੈਦਾ ਵੀ ਲੜਕੀ ਹੋ ਗਈ। ਉਸ ਦਰਮਿਆਨ ਇਹਨਾਂ ਨੇ ਹੋਰ ਉਹਨੂੰ ਜ਼ਿਆਦਾ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ। ਔਰ ਹਰ ਸਮੇਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਵੀ ਮੇਰੇ ਕੋਲ ਵਾਰ ਵਾਰ ਪੈਸੇ ਦੀ ਡਿਮਾਂਡ ਕਰਦੇ ਸਨ, ਅਤੇ ਮੈਂ ਹਰ ਵਾਰ ਪੈਸੇ ਨਾਲ ਦੇ ਕੇ ਵੀ ਮੈਂ ਸੋਚਿਆ ਕਿ ਜੇ ਮੇਰੀ ਭੈਣ ਦਾ ਘਰ ਵੱਸਦਾ ਤਾਂ ਕੋਈ ਗੱਲ ਨਹੀਂ, ਮੈਂ ਉਸ ਚੀਜ਼ ਦਾ ਵੀ ਐਗਰੀ ਹੁੰਦਾ ਰਿਹਾ ਹਰ ਚੀਜ਼ ਨਾਲ। ਵਿਆਹ ਵੀ ਇਹਨਾਂ ਨੇ ਡਿਮਾਂਡਾਂ ਕਰ ਕਰਕੇ ਪੂਰਾ ਮੇਰੇ ਕੋਲ ਲਿਆ, ਹਰ ਤਰ੍ਹਾਂ ਦਾ ਮੈਂ ਦਾਜ, ਦਹੇਜ, ਬਾਈਕ, ਸੋਨਾ ਸਭ ਕੁਛ ਦਿੱਤਾ, ਹਰ ਚੀਜ਼ ਦਿੱਤੀ ਆਪਣੀ ਭੈਣ ਨੂੰ ਜੋ ਬਣਦੀ ਸਮਾਜ ਨੇ ਉਹ ਵੱਧ ਕੇ ਕੀਤਾ। ਔਰ ਇਸ ਸਮੇਂ ਵੀ ਉਹ ਲੜਕੀ ਪੈਦਾ ਹੋਣ ਤੋਂ ਬਾਅਦ ਵੀ ਇਹਨਾਂ ਨੇ ਹੋਰ ਜ਼ਿਆਦਾ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ। ਔਰ ਇਹਨਾਂ ਨੇ ਪੈਸੇ ਦੀ ਬਹੁਤ ਭੁੱਖ ਰੱਖੀ ਹੈ, ਬੰਦੇ ਨੇ ਦਾਜ ਦੀ ਹਮੇਸ਼ਾ ਭੁੱਖ ਰੱਖੀ ਆ। ਔਰ ਇੱਕ ਲੜਕਾ ਪੈਦਾ ਨਾ ਹੋਣ ਕਰਕੇ ਉਹਦੇ ਘਰ ਲੜਕੀ ਪੈਦਾ ਹੋਈ, ਇਸ ਕਾਰਨ ਕਰਕੇ ਉਹਨਾਂ ਨੂੰ ਹੋਰ ਜ਼ਿਆਦਾ ਉਹਨੂੰ ਪਰੇਸ਼ਾਨ ਕਰਦੇ ਸੀ ਮੇਰੀ ਭੈਣ ਨੂੰ। ਹੁਣ ਲਾਸਟ ਮੂਵਮੈਂਟ ਦੇ ਉੱਪਰ ਵੀ ਇਹਨਾਂ ਨੇ, ਇਹ ਜਿਹੜਾ ਤਜਿੰਦਰ ਸਿੰਘ ਹੈ, ਇਹ ਆਪਣਾ ਵੇਰਕੇ ਵਿਖੇ ਆਪਣਾ ਮਕਾਨ ਬਣਾ ਰਿਹਾ ਜੀ, ਅਤੇ ਇਸ ਦਰਮਿਆਨ ਇਹਨੇ ਮੇਰੀ ਭੈਣ ਨੂੰ ਫਿਰ ਮਾਰਕੁੱਟ ਕਰਕੇ ਇਹਨੇ ਘੱਲਿਆ ਵੀ ਆਪਦੇ ਪੇਕਿਆਂ ਦੇ ਕੋਲੋਂ 5 ਲੱਖ ਰੁਪਇਆ ਲੈ ਗਿਆ, ਠੀਕ ਆ। ਅਤੇ ਮੈਂ ਇਹਨੂੰ ਸਮਝਾਇਆ, ਚਲੋ ਸਮਝਾ ਭਜਾ ਕੇ ਤੋਰਿਆ ਕਿ ਭੈਣ ਨੂੰ ਆਪਣੀ ਨੂੰ ਫਿਰ ਘਲਾਇਆ ਕਿ ਕੋਈ ਗੱਲ ਨਹੀਂ, ਮੈਂ ਅਰੇਂਜ ਕਰਦਾ ਵਾਂ, ਜਿੰਨੇ ਮੇਰੇ ਕੋਲ ਵੱਧ ਤੋਂ ਸਮਰੱਥਾ ਹੋਏਗੀ ਤਾਂ ਮੈਂ ਤੈਨੂੰ ਦੇਵਾਂਗਾ, ਦੇ ਜਾਂਗਾ ਤੇਰੇ ਘਰ ਆ ਕੇ ਤੇਰੇ ਪ੍ਰਾਹੁਣੇ ਨੂੰ, ਠੀਕ ਆ, ਤੇਰੇ ਸੱਸ ਸਹੁਰੇ ਨੂੰ ਦੇ ਜਾਂਗਾ ਆ ਕੇ। ਅਤੇ ਇਸ ਦਰਮਿਆਨ ਕਿ ਮੈਂ ਇਹਨੂੰ ਪੈਸੇ ਪਹੁੰਚਾਉਣ ਤੋਂ ਪਹਿਲਾਂ ਮੇਰੇ ਉੱਥੇ ਇਹਨਾਂ ਲੋਕਾਂ ਨੇ ਤਸ਼ੱਦ ਕਰਕੇ ਮੇਰੀ ਭੈਣ ਨੂੰ ਕੁੱਟ ਮਾਰ ਕੇ ਉਹਦੇ ਗਲਾ ਘੁੱਟ ਗਿਆ, ਉਹਦੀ ਹੱਤਿਆ ਕਰ ਦਿੱਤੀ 21 ਅਪ੍ਰੈਲ ਨੂੰ ਇਹਨਾਂ ਲੋਕਾਂ ਨੇ। ਇਹਦੇ ਵਿੱਚ ਮੁੱਖ ਦੋਸ਼ੀ ਜਿਹੜੇ ਨੇ, ਇਹ ਪਹਿਲਾਂ ਵੀ ਇਹ 4 ਬੰਦੇ ਜਿਹੜੇ ਨੇ, ਇਹਦਾ ਪਤੀ, ਇਹਦਾ ਸੱਸ ਸਹੁਰਾ ਔਰ ਇਹਦਾ ਦਿਓਰ ਰਵੀ ਜਿਹੜਾ ਰਵਿੰਦਰ ਸਿੰਘ ਰਵੀ, ਇਹ ਪਹਿਲਾਂ ਵੀ ਹੀ ਜਦੋਂ ਵੀ ਅਸੀਂ ਜਦੋਂ ਵੀ ਇਹਨਾਂ ਨੂੰ ਸਮਝਾਇਆ ਬਚਾਇਆ ਆਪਣੇ ਪਰਿਵਾਰ 'ਚ ਬਹਿ ਗਏ ਆਪਣੇ 'ਚ, ਅਤੇ ਉਦੋਂ ਵੀ ਇਹ ਸਮਝਾਇਆ ਬਚਾਇਆ, ਅਤੇ ਹਮੇਸ਼ਾ ਜਿਹੜੇ ਦੋਸ਼ ਹੀ ਇਹ 4 ਬੰਦੇ ਤੋਂ ਹੀ ਆਉਂਦੇ ਸੀ ਹਮੇਸ਼ਾ, ਪਰ ਇਹਦੇ ਵਿੱਚ ਬੈਠ ਕੇ ਸਾਡੀਆਂ 'ਚ ਪਰਿਵਾਰ 'ਚ ਵੀ ਹਮੇਸ਼ਾ ਇਹ 4 ਬੰਦੇ ਹੀ ਜ਼ਿਆਦਾ ਉਹਨੂੰ ਟਾਰਗੇਟ ਕਰਦੇ ਸਨ, ਜਦੋਂ ਕਿ ਜਿਹੜੇ ਇਹਦੇ ਪਰਿਵਾਰ 'ਚ ਬਾਕੀ 3 ਮੈਂਬਰ ਰਹਿੰਦੇ ਨੇ, ਦੋਸ਼ ਉਹਨਾਂ ਦਾ ਵੀ ਆ, ਉਹ ਵੀ ਪਰੇਸ਼ਾਨ ਕਰਦੇ ਸਨ, ਲੇਕਿਨ ਇਹ ਲੋਕ ਜਿਹੜੇ ਨੇ ਕਿ ਇਹਨੂੰ ਕੁੱਟਦੇ ਮਾਰਦੇ ਵੀ ਜਿਹੜੇ ਜ਼ਿਆਦਾ ਇਹ ਲੋਕ ਸਨ 4 ਬੰਦੇ। ਅਤੇ ਅੱਜ ਵੀ ਮੇਰੀ ਭੈਣ ਦੀ ਜਿਹੜੀ ਮੌਤ ਦਾ ਕਾਰਨ, ਜਿਨ੍ਹਾਂ ਨੇ ਹੱਤਿਆ ਕੀਤੀ, ਇਹਨਾਂ 4 ਬੰਦਿਆਂ ਨੇ ਮੁੱਖ ਤੌਰ ਦੇ ਉੱਤੇ ਇਹ ਦੋਸ਼ੀ ਨੇ ਇਹਨਾਂ ਨੇ, ਔਰ ਜਿਨ੍ਹਾਂ ਦੇ ਉੱਤੇ ਮੈਂ ਫਿਰ FIR ਦਰਜ ਕਰਵਾ ਕੇ 302 ਦਾ ਮੁਕੱਦਮਾ ਔਰ 34 ਨਾਲ ਲੱਗੀ ਆ, ਠੀਕ ਆ।
ਅਤੇ ਇਹਨਾਂ ਨੂੰ ਮੈਂ ਅਫਸਰ ਸਾਹਿਬ ਨੂੰ ਬੇਨਤੀ ਕਰਾਂਗਾ ਆਪਣੇ ਕਮਿਸ਼ਨਰ ਸਾਹਿਬ ਨੂੰ ਔਰ ਸਾਰੇ ਪੁਲਿਸ ਅਮਲੇ ਦੇ ਮੁਖੀਆਂ ਨੂੰ ਕਿ ਮੈਨੂੰ ਇਹਨਾਂ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਈਵਨ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਇਸ ਇਹਨਾਂ ਲੋਕਾਂ ਨੂੰ ਵੀ ਜਿਹੜੇ ਔਰਤ ਜਾਤ ਅਤੇ ਇਹਨਾਂ ਅੱਤਿਆਚਾਰ ਕਰਕੇ ਉਹਨਾਂ ਨੇ ਮੇਰੀ ਭੈਣ ਦਾ ਜਿਹੜਾ ਕਤਲ ਕੀਤਾ ਇਹਨਾਂ ਲੋਕਾਂ ਨੂੰ ਸਮਾਜ ਵਿੱਚ ਵਿਚਰਨ ਦੀ ਕੋਈ ਵੀ ਅਧਿਕਾਰ ਨਹੀਂ ਆ। ਮੈਂ ਚਾਹੁੰਦਾ ਚੱਲਦੇ ਸਵਾਸਾਂ ਤੱਕ ਇਹ ਲੋਕ ਮਰਨ ਤੱਕ ਜੇਲ੍ਹ ਦੇ ਵਿੱਚ ਹੀ ਰਹਿਣ ਇਹ ਲੋਕ, ਤਾਂ ਕਿ ਇਹਨਾਂ ਤੋਂ ਹੋਰ ਲੋਕਾਂ ਨੂੰ ਜਿਹੜੇ ਜਿਨ੍ਹਾਂ ਨੇ ਇਹੋ ਜਿਹੀ ਬਦਕਾਰੀਆਂ ਕਰਨੀਆਂ ਨੇ ਇਹੋ ਜਿਹੇ ਕਰਨੇ ਨੇ ਉਹਨਾਂ ਨੂੰ ਕੋਈ ਸੋਝੀ ਮਿਲ ਸਕੇ ਔਰ ਉਹ ਸੋਚਣ ਔਰ ਡਰਨ ਕਿ ਇਹ ਕ੍ਰਾਈਮ ਇਹੋ ਜਿਹਾ ਅੱਗੇ ਨਾ ਕਦੇ ਹੋ ਪਾਵੇ ਸਮਾਜ ਵਿੱਚ। ਮੈਂ ਇਹ ਬੇਨਤੀ ਕਰਦਾ ਕਿ ਅਫਸਰ ਸਾਹਿਬਾਨ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਹਨਾਂ ਲੋਕ ਦੋਸ਼ੀਆਂ ਨੂੰ ਸਜ਼ਾ ਦੇਣ ਔਰ ਮੇਰੀ ਭੈਣ ਦੀ ਆਤਮਾ ਨੂੰ ਸਾਫ਼ ਹੋਵੇ ਔਰ ਸਾਡੇ ਵੀ ਕੋਈ ਜ਼ਖਮਾਂ ਦੇ ਉੱਤੇ ਮਲਮ ਲੱਗ ਸਕੇ। ਸਰ ਕਿ ਜਦੋਂ ਮਰੀ ਸੀ ਕੀ ਕਿਹਾ ਗਿਆ ਸੀ ਇਹਨਾਂ ਨੇ ਕਰਾਉਣਾ ਵਾ? ਇਹਨਾਂ ਨੇ ਜਦੋਂ ਦੇਖੋ ਜੀ ਇਹਨਾਂ ਨੇ ਜਦੋਂ ਇਮੀਡੀਏਟਲੀ ਜਦੋਂ ਡੈਥ ਹੋਈ ਤਾਂ ਇਹਨਾਂ ਨੇ ਗਲੀ ਦੇ ਵਿੱਚ ਵੀ ਨਿਕਲ ਕੇ ਹਰ ਪਾਸੇ ਇਹਨਾਂ ਨੇ ਇਹੋ ਰੌਲਾ ਪਾਇਆ ਜ਼ਿਆਦਾਤਰ ਕਿ ਇਹ ਕਰੋਨਾ ਨਾ ਮਰ ਗਈ। 21/4/20 ਨੂੰ ਸਾਨੂੰ ਇਤਲਾਹ ਮਿਲੀ ਕਿ ਬਲਵਿੰਦਰ ਕੌਰ ਜਿਹੜੀ ਇਸ ਲਵਲੀ ਜਿਹੜੀ ਆ ਉਸਦੀ ਸ਼ੱਕੀ ਹਾਲਤਾਂ 'ਚ ਮੌਤ ਹੋ ਗਈ ਆ ਆਪਣੇ ਸਹੁਰੇ ਘਰ, ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਿਹੜੀ ਜਿਹੜੀ 174 ਦੀ ਕਾਰਵਾਈ ਕੀਤੀ ਸੀ, ਜਿਸ ਦੀ ਹੁਣ FSL ਤੋਂ ਰਿਪੋਰਟ ਆਉਣ ਤੋਂ ਬਾਅਦ ਸਾਨੂੰ ਇਹ ਕਲੀਅਰ ਹੋਇਆ ਕਿ ਲੜਕੀ ਦੀ ਜਿਹੜੀ ਮੌਤ ਆ ਉਹ ਗਲਾ ਘੁੱਟਣ ਕਰਕੇ ਹੋਈ ਆ, ਜਿਸ 'ਤੇ ਲੜਕੀ ਦੇ ਪਿਤਾ ਹਰਦੇਵ ਸਿੰਘ ਦੇ ਬਿਆਨ 'ਤੇ ਮੁਕੱਦਮਾ ਨੰਬਰ 184 ਅਧੀਨ ਧਾਰਾ 302 IPC ਦੋਸ਼ੀ ਕੁਲਵੰਤ ਸਿੰਘ ਔਰ ਤਜਿੰਦਰ ਸਿੰਘ, ਅਰਵਿੰਦਰ ਸਿੰਘ ਅਤੇ ਕਸ਼ਮੀਰ ਕੌਰ, ਇਹ ਚਾਰ ਦੋਸ਼ੀਆਂ ਦੇ ਖਿਲਾਫ਼ ਅਸੀਂ ਥਾਣਾ ਬੀ ਡਿਵੀਜ਼ਨ 'ਚ ਮੁਕੱਦਮਾ ਦਰਜ ਕੀਤਾ ਜੀ ਔਰ ਸਾਡੀ ਤਫਤੀਸ਼ ਜਾਰੀ ਹੈ। ਅਸੀਂ ਇਹਨਾਂ ਨੂੰ ਜਿਹੜਾ ਵਾ ਮੁਕੱਦਮੇ ਦੇ ਵਿੱਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਔਰ ਬਾਕੀ ਤਫਤੀਸ਼ ਸਾਡੀ ਚੱਲ ਰਹੀ ਆ ਜੀ। ਇਸ ਤੋਂ ਜਿਹੜਾ ਵਾ ਬਾਕੀ ਮੁਕੰਮਲ ਕਰਕੇ ਜੇ ਕੋਈ ਹੋਰ ਵੀ ਦੋਸ਼ੀ ਇਹਦੇ 'ਚ ਹੈਗਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ। ਕਾਰਨ ਲੜਕੀ ਦੇ ਬਾਪ ਦੇ ਕਹਿਣ ਮੁਤਾਬਕ ਕਿ ਉਸਦੀ ਜਿਹੜੀ ਬੇਟੀ ਆ ਉਹਦੇ ਘਰ ਇੱਕ ਬੇਟੀ ਸੀ ਔਰ ਲੜਕਾ ਨਾ ਹੋਣ ਕਰਕੇ ਉਹਦਾ ਪਰਿਵਾਰ ਉਹਨੂੰ ਤੰਗ ਕਰਦਾ ਸੀਗਾ ਅਤੇ ਉਸੇ ਹੀ ਰੰਜਿਸ਼ ਦੇ ਵਿੱਚ ਉਹਦੀ ਬੇਟੀ ਨੂੰ ਮਾਰ ਦਿੱਤਾ ਹੈ। ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ? ਜਿਵੇਂ ਮਨ ਚ ਆਇਆ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਸੰਪਰਕ ਕਰੋ ਵਿਸ਼ਵਨਾਥ ਤਾਂਤਰੇ। ਤੁਸੀਂ ਸੰਪਰਕ ਕਰ ਸਕਦੇ ਹੋ 90244-70842। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਕੀ ਤੁਹਾਡਾ ਵਿਦੇਸ਼ ਵਿੱਚ ਘੁੰਮਣ ਦਾ ਹੈ ਸੁਪਨਾ? ਕੀ ਤੁਸੀਂ ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਵਿਦੇਸ਼ ਜਾ ਕੇ ਵਸਣ ਦਾ ਹੈ ਇਰਾਦਾ ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ, ਤਾਂ ਇੱਕ ਹੀ ਭਰੋਸੇਯੋਗ ਨਾਮ ਹੈ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, PR ਅਤੇ ਹਰ ਤਰ੍ਹਾਂ ਦੇ ਵੀਜ਼ੇ ਦਾ ਮਾਮਲਾ ਕੈਨੇਡਾ, USA, ਆਸਟ੍ਰੇਲੀਆ, UK ਅਤੇ ਨਿਊਜ਼ੀਲੈਂਡ, ਤਾਂ ਤੁਹਾਡਾ ਰਾਹਗੀਰ ਬਣੇਗਾ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਸੰਪਰਕ ਕਰੋ 73407-37362, 73407-37369।